ਭਾਈ ਮਰਦਾਨਾ ਜੀ ਉੱਪਰ ਜਾਂਦੇ ਹਨ। ਉੱਪਰ ਜਾ ਕੇ ਵੇਖਦੇ ਆ ਕਿ ਉੱਥੇ ਬੜੇ ਸੁੰਦਰ ਫਲ ਨੇ, ਅਨੇਕ ਤਰ੍ਹਾਂ ਦੇ ਫਲ ਨੇ। ਭਾਈ ਮਰਦਾਨਾ ਜੀ ਪਹਿਲਾਂ ਆਪ ਛਕਦੇ ਨੇ, ਛੱਕ ਕੇ ਕੁਝ ਫਲ ਗੁਰੂ ਨਾਨਕ ਸਾਹਿਬ ਵਾਸਤੇ ਵੀ ਲੈ ਕੇ ਆਉਂਦੇ ਨੇ ਤੇ ਜਿਸ ਵੇਲੇ ਪਹੁੰਚਦੇ ਧੰਨ ਗੁਰੂ ਨਾਨਕ ਸਾਹਿਬ ਤੱਕ, ਮਰਦਾਨਿਆਂ ਤੈਨੂੰ ਕਿਹਾ ਸੀ ਕੁਝ ਲੈ ਕੇ ਨਾ ਆਵੀਂ। ਗੁਰੂ ਨਾਨਕ ਸਾਹਿਬ ਨੂੰ ਭਾਈ ਮਰਦਾਨਾ ਜੀ ਸਵਾਲ ਕਰਦੇ ਹਨ, ਮਹਾਰਾਜ ਮੈਨੂੰ ਇਹ ਸਮਝ ਨਹੀਂ ਆਈ ਕਿ ਇਹ ਜਿਹੜੇ ਫਲ ਨੇ ਇਹ ਕਿਹਦੇ ਵਾਸਤੇ ਨੇ, ਇੰਨੇ ਮਿੱਠੇ ਇੰਨੇ ਰਸਦਾਇਕ ਫਲ ਇੱਥੇ ਤਾਂ ਕੋਈ ਵਸਦਾ ਹੀ ਨਹੀਂ। ਤੇ ਗੁਰੂ ਨਾਨਕ ਸਾਹਿਬ ਨੇ ਕਿਹਾ, ਮਰਦਾਨਿਆਂ ਇਹ ਫਲ ਅਮਰ ਰੂਹਾਂ ਵਾਸਤੇ ਨੇ। ਭਾਈ ਮਰਦਾਨਾ ਜੀ ਦੂਸਰਾ ਸਵਾਲ, ਗੁਰੂ ਨਾਨਕ ਸਾਹਿਬ ਜੀ ਮੈਂ ਤਾਂ ਅਮਰ ਨਹੀਂ। ਤੇ ਗੁਰੂ ਨਾਨਕ ਸਾਹਿਬ ਕਹਿੰਦੇ, ਭਾਈ ਮਰਦਾਨਿਆਂ ਤੂੰ ਜਿਹੜੀ ਇਹ ਅੰਮ੍ਰਿਤ ਬਾਣੀ ਗਾ ਰਿਹਾ ਹੈ ਨਾ, ਤੇ ਜਿਹੜਾ ਵੀ ਅੰਮ੍ਰਿਤ ਬਾਣੀ ਗਾਏਗਾ ਉਹ ਅਮਰ ਹੋ ਜਾਏਗਾ, ਤੂੰ ਅਮਰ ਹੋ ਗਿਆ ਹੈ। ਅੰਮ੍ਰਿਤ ਵੇਲੇ ਅਸੀਂ ਨਾਮ ਜਪਦੇ ਹਾਂ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਏ ਵਿਚਾਰ, ਬਾਬੀਹਾ ਅੰਮ੍ਰਿਤ ਵੇਲੇ ਬੋਲਿਆ ਤਾਂ ਦਰ ਸੁਣੀ ਪੁਕਾਰ, ਮੇਘੇ ਨੂੰ ਪ੍ਰਮਾਣ ਹੋਵਾ ਬਰਸੋ ਕਿਰਪਾ ਧਾਰ। ਅੰਮ੍ਰਿਤ ਦਾ ਸਾਡੇ ਜੀਵਨ ਦੇ ਵਿੱਚ ਬੜਾ ਵੱਡਾ ਇੱਕ ਆਦੇਸ਼ ਹੈ ਕਿ ਅਸੀਂ ਆਏ ਹਾਂ ਧਰਤੀ ਤੇ, ਕਿਤੇ ਗੁਰੂ ਰਹਿਮਤ ਕਰ ਦੇਵੇ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਬਖਸ਼ਿਸ਼ ਕਰਦੇ ਹਨ, ਜਿਹੜਾ ਸੁਰ ਨਰ ਮੁਣ ਜਣੇ ਅੰਮ੍ਰਿਤ ਖੋਜਦੇ ਸੇ ਅੰਮ੍ਰਿਤ ਗੁਰ ਤੇ ਪਾਇਆ, ਕਿਤੇ ਸਾਨੂੰ ਅੰਮ੍ਰਿਤ ਮਿਲ ਜਾਵੇ। ਲੋਕਾਂ ਦੇ ਪੁਰਾਣੇ ਯੁੱਗਾਂ ਦੇ ਵਿੱਚ, ਯੁੱਗਾਂ ਯੁਗਾਤਰਾਂ ਦੇ ਵਿੱਚ ਟਾਈਮ ਲੰਘ ਜਾਂਦਾ ਸੀ, ਹਜ਼ਾਰਾਂ ਸਾਲ ਉਮਰ ਲੰਘ ਜਾਂਦੀ ਸੀ, ਅੰਮ੍ਰਿਤ ਨਹੀਂ ਸੀ ਮਿਲਦਾ। ਪਰ ਅੱਜ ਸਾਡੇ ਭਾਗ ਵੱਡੇ ਹਨ, ਆਪ ਸਾਰੀ ਸੰਗਤ ਦੇ ਭਾਗ ਵੱਡੇ ਹਨ। ਧੰਨ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਬੜਾ ਸੌਖਾ ਤਰੀਕਾ ਦੱਸ ਦਿੱਤਾ ਹੈ ਕਿ ਅੰਮ੍ਰਿਤ ਦੀ ਦਾਤ ਮਿਲ ਸਕਦੀ ਹੈ, ਅੰਮ੍ਰਿਤ ਪੀਵੈ ਸਦਾ ਚਿਰ ਜੀਵੈ। ਜਿਨ੍ਹਾਂ ਨੇ ਅੰਮ੍ਰਿਤ ਛਕ ਲਿਆ, ਮੈਂ ਉਹਨਾਂ ਦੀ ਗੱਲ ਕਰਨ ਲੱਗਾ ਇਸ ਨੂੰ, ਜਿਨ੍ਹਾਂ ਨੇ ਅੰਮ੍ਰਿਤ ਛਕ ਲਿਆ ਉਹਨਾਂ ਨੂੰ ਅਸੀਂ ਅਰਦਾਸ ਵਿੱਚ ਯਾਦ ਕਰਦੇ ਹਾਂ ਕਿ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਆਰਿਆਂ ਨਾਲ ਚਰਾਏ ਗਏ, ਮੀਰ ਮੰਨੋ ਦੀ ਜੇਲ੍ਹ ਅੰਦਰ ਸਵਾ ਸਵਾ ਮਨ ਦੇ ਪੀਸਣੇ ਪੀਸੇ, ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ, ਸਿੱਖੀ ਕੇਸਾ ਸਵਾਸਾ ਸੰਗ ਨਿਭਾਈ, ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਸਿੰਘਾਂ ਦਾ ਤਾਂ ਯੋਗਦਾਨ ਹੈਗਾ ਹੀ ਹੈਗਾ, ਤੁਸੀਂ ਸਿੱਖ ਇਤਿਹਾਸ ਨੂੰ ਪੜ੍ਹੋ ਸਹੀ, ਇੱਕ ਗੁਰ ਇਤਿਹਾਸ ਆ, ਇੱਕ ਸਿੱਖ ਇਤਿਹਾਸ ਹੈ। ਪੂਰਾ ਜ਼ੋਰ ਲੱਗ ਗਿਆ ਉਹਨਾਂ ਦਾ ਵੀ ਇੱਕ ਵੀ ਸਿੱਖ ਕਿਤੇ ਮੰਨ ਜਾਵੇ ਵੀ ਮੈਂ ਸਿੱਖੀ ਛੱਡੀ। ਹੁਣ ਮੀਰ ਮੰਨੂ ਦੀ ਜੇਲ੍ਹ ਅੰਦਰ ਤੁਸੀਂ ਪਤਾ ਹੈ ਬੀਬੀਆਂ ਭੈਣਾਂ ਨੇ ਜਿਹੜੇ ਯੋਗਦਾਨ ਪਾਏ ਨੇ, ਉਹ ਚਾਹੁੰਦੇ ਸੀ ਕਿਤੇ ਇੱਕ ਵੀ ਬੀਬੀ ਇਹ ਮੰਨ ਜਾਵੇ, ਤਕਾਲਾ ਨੂੰ ਅਰਦਾਸ ਨਾ ਕਰੇ ਵੀ ਤੇਰੇ ਭਾਣੇ ਸਰਬੱਤ ਦਾ ਭਲਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਇਹ ਅਰਦਾਸ ਨਾ ਕਰੇ ਇੱਕ ਵੀ ਬੀਬੀ ਮੰਨ ਜਾਵੇ ਕਿਤੇ। ਉਹਨਾਂ ਨੇ ਬੜਾ ਜ਼ੋਰ ਲਾਇਆ, ਸਵਾ ਸਵਾ ਮਨ ਦੇ ਪੀਸਣੇ ਪੀਸਣ ਵਾਸਤੇ ਦਿੱਤੇ, ਖੰਨੀ ਖੰਨੀ ਰੋਟੀ ਚੌਥਾ ਹਿੱਸਾ ਰੋਟੀ ਦਾ ਦਿੱਤਾ। ਮੀਰ ਮੰਨੂ ਰੋਜ਼ ਪੁੱਛਦਾ ਸੀ ਕੋਈ ਮੰਨੀ, ਬੀਬੀਆਂ ਤਾਂ ਮੰਨੀਆਂ ਨਹੀਂ, ਬੀਬੀਆਂ ਦੀ ਤਾਂ ਮੈਂ ਗੱਲ ਦੱਸਦਾ। ਇੱਕ ਸਿੱਖ ਫੜਿਆ ਗਿਆ ਬੰਦਾ ਸਿੰਘ ਬਹਾਦਰ ਜੀ ਦੇ ਨਾਲ, ਜਦੋਂ 700 ਸਿੰਘ ਜਿਹੜਾ ਹੈ ਉਹ ਕਤਲ ਕੀਤਾ ਬੰਦਾ ਸਿੰਘ ਬਹਾਦਰ ਨੂੰ ਕਤਲ ਕਰਨ ਤੋਂ ਪਹਿਲਾਂ, ਉਹਦੇ ਵਿੱਚ ਇੱਕ ਅੰਮ੍ਰਿਤਧਾਰੀ ਦੀ ਤਾਂ ਗੱਲ ਹੀ ਛੱਡੋ, ਜੇ ਕਿਸੇ ਦੇ ਮੂੰਹ ਅਜੇ ਤਾਈਂ ਇਹ ਨਿਕਲ ਗਿਆ ਨਾ ਕਿ ਮੈਂ ਸਿੱਖ ਹਾਂ, ਉਹ ਆਪਣੀ ਗਰਦਨ ਤਾਂ ਤੁਰਵਾ ਗਿਆ ਪਰ ਮੰਨਿਆ ਨਹੀਂ ਮੁੜ ਕੇ ਵੀ ਮੈਂ ਦੂਸਰੇ ਧਰਮ ਵਿੱਚ ਜਾਣਾ। ਉਹ ਬੱਚਾ ਫੜਿਆ ਗਿਆ ਜਿਹੜਾ ਦੱਸਦੇ ਕੁਝ ਇਤਿਹਾਸਕਾਰ ਲਿਖਦੇ, ਉਹਦੀ ਛਾਤੀ ਸੀ, ਕੁਝ ਕਹਿੰਦੇ ਉਹ ਛਾਤੀ ਵੇਖ ਰਿਹਾ ਸੀ। ਜਿਸ ਵੇਲੇ ਕਤਲਗਾਹ ਦੇ ਵਿੱਚ ਜਾਂਦਾ ਹੈ, ਰੋਜ਼ 100 ਸਿੰਘ ਜਿਹੜਾ ਉਹ ਸ਼ਹੀਦ ਕੀਤਾ ਜਾਂਦਾ ਸੀ ਤੁਹਾਨੂੰ ਪਤਾ ਹੈ, ਤੇ ਜਿਸ ਵੇਲੇ ਉਸ ਬੱਚੇ ਦੀ ਵਾਰੀ ਆਈ, ਉਸ ਤੋਂ ਪਹਿਲਾਂ ਉਹਦੀ ਮਾਂ ਜਿਹੜੀ ਸੀ ਉਹ ਇਹ ਚੀਜ਼ ਲਿਖਵਾ ਕੇ ਲੈ ਆਈ ਕਿ ਜੇ ਤੇਰਾ ਬੱਚਾ ਇਹ ਮੰਨ ਜਾਵੇ ਕਿ ਮੈਂ ਸਿੱਖ ਨਹੀਂ ਗਾ ਤੇ ਅਸੀਂ ਉਹਨੂੰ ਛੱਡ ਦਿਆਂਗੇ। ਮਾੜਾ ਜਿਹਾ ਖਿਆਲ ਕਰਿਓ,
ਅੱਜ ਅਸੀਂ ਸਿੱਖੀ ਇੱਕ ਮਿੰਟ ਵਿੱਚ ਛੱਡਣ ਲਈ ਤਿਆਰ ਹੋ ਜਾਂਦੇ ਹਾਂ। ਕਤਲਗਾਹ ਦੇ ਵਿੱਚ ਬੱਚਾ ਬੈਠਾ ਹੈ, ਜਲਾਦ ਤਲਵਾਰ ਲੈ ਕੇ ਖੜਾ ਹੈ ਤੇ ਉਹਦੀ ਮਾਂ ਬੱਚੇ ਕੋਲ ਜਾ ਕੇ ਕਹਿੰਦੀ ਇਹ ਕਹਿੰਦੀ ਪੁੱਤਰ ਮੈਂ ਚਿੱਠੀ ਲਿਖਵਾ ਲਿਆਈ ਹੈ, ਤੂੰ ਇੰਨੀ ਗੱਲ ਕਹਿ ਦੇ ਇਹਨਾਂ ਨੂੰ ਕਿ ਮੈਂ ਸਿੱਖ ਨਹੀਂ ਗਾ ਤੇ ਤੈਨੂੰ ਇਹ ਛੱਡ ਦੇਣਗੇ। ਗੁਰੂ ਪਿਆਰ ਵਾਲੇ ਉਹ ਵੇਖੋ, ਉਹ ਬੱਚੇ ਨੇ ਜਵਾਬ ਦਿੱਤਾ, ਉਹ ਕਹਿੰਦਾ ਇਹ ਮੇਰੀ ਮਾਂ ਹੀ ਨਹੀਂ ਗੀ, ਮੈਂ ਤਾਂ ਸਿੱਖਿਆ ਹੀ ਮੇਰੀ ਮਾਂ ਹੀ ਨਹੀਂ ਗੀ। ਇਸੇ ਤਰ੍ਹਾਂ ਜਿਹਨਾਂ ਨੇ ਅੰਮ੍ਰਿਤ ਛਕਿਆ, ਬੀਬੀਆਂ ਨੇ ਜਦੋਂ ਇਕੱਲੇ ਇਕੱਲਾ ਰੋਜ਼ ਜ਼ੋਰ ਲਾ ਕੇ ਉਹਨਾਂ ਵੇਖ ਲਿਆ, ਇੱਕ ਦਿਨ ਉਹ ਕਹਿੰਦੇ ਵੀ ਇੱਕ ਬੀਬੀ ਮਨਾ ਕੇ ਲਿਆਓ, ਇੱਕ ਵੀ ਉਹ ਕਹਿ ਦੇਵੇ ਵੀ ਮੈਂ ਧਰਮ ਛੱਡਿਆ। ਉਹਨਾਂ ਨੇ ਕਿਹਾ ਜੀ ਹੁਣ ਅਸੀਂ ਤਾਂ ਬੜਾ ਕੁਝ ਕਰ ਲਿਆ, ਭੁੱਖਿਆਂ ਰੱਖ ਲਿਆ, ਚੱਕੀ ਪਿਸਣੀ ਦੇ ਤੀ, ਸਭ ਕੁਝ ਕਰ ਲਿਆ, ਹੁਣ ਕੀ ਕਰੀਏ। ਕਹਿੰਦੇ ਵੀ ਛੋਟਾ ਜਿਹਾ ਜਿਹਦਾ ਬਾਲਕ, ਇੱਕ ਬੀਬੀ ਦਾ ਦੁੱਧ ਚੁੰਘਦਾ ਬਾਲਕ ਸੀ, ਸ਼ਾਮ ਨੂੰ ਇਸ ਤਰ੍ਹਾਂ ਕਰੋ। ਸਾਰੀ ਦਿਹਾੜੀ ਉਹਨਾਂ ਨੇ ਕੀ ਕੀਤਾ ਵੀ ਉਹਦੇ ਜੇ ਇਹ ਟਾਈਮ ਸ਼ਾਮ ਦਾ ਸੀ, ਜਦੋਂ ਸ਼ਾਮ ਨੂੰ ਅਰਦਾਸ ਹੋਈ ਉਸ ਤੋਂ ਬਾਅਦ ਉਹਨਾਂ ਕਿਹਾ ਵੀ ਇਹ ਸਵੇਰੇ ਉੱਠ ਕੇ ਨਾ ਕਵੇ ਵੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਇਹਦੇ ਮੂੰਹ ਇਹ ਨਹੀਂ ਨਿਕਲਣਾ ਚਾਹੀਦਾ। ਉਹਨਾਂ ਨੇ ਉਸ ਬੀਬੀ ਨੂੰ, ਜੋ ਉਸ ਇਤਿਹਾਸ ਦੇ ਵਿੱਚ ਮੈਂ ਪੜ੍ਹਿਆ ਹੈ ਕਿ ਉਸ ਬੀਬੀ ਦੇ ਲਾਗੇ ਛੋਟਾ ਜਿਹਾ ਉਹਦਾ ਬੱਚਾ ਖੇਡਦਾ ਪਿਆ ਹੈ, ਦੁੱਧ ਚੁੰਘਦਾ ਬੱਚਾ ਹੈ, ਉਹਨੂੰ ਇੱਕ ਤਾਂ ਪਹਿਲਾਂ ਖਾਣਾ ਨਹੀਂ ਦਿੱਤਾ, ਸਾਰੀ ਦਿਹਾੜੀ ਚੱਕੀ ਪੀਸੀ ਉਹਨੇ, ਤੇ ਮੁੜ ਕੇ ਜਦੋਂ ਰਾਤ ਨੂੰ ਲੰਮੇ ਪਈ ਤੇ ਦੱਸਦੇ ਉਹਦੀ ਹਿੱਕ ਦੇ ਉੱਤੇ ਸਵਾ ਮਨ ਦਾ ਪੱਥਰ ਰੱਖ ਦਿੱਤਾ ਤੇ ਉਹ ਬੱਚਾ ਵਿਲਕਦਾ ਦਾਲੇ ਦਾਲੇ ਤੁਰਿਆ ਫਿਰਦਾ ਰਿਹਾ, ਉਹਨੂੰ ਦੁੱਧ ਨਹੀਂ ਮਿਲਿਆ। ਸਵਾ ਮਨ ਦਾ ਪੱਥਰ ਹਿੱਕ ਦੇ ਲੈ ਕੇ ਬੀਬੀ ਸਾਰੀ ਰਾਤ ਕੱਟ ਗਈ ਤੇ ਜਿਸ ਵੇਲੇ ਸਵੇਰੇ ਪੱਥਰ ਚੁੱਕ ਕੇ ਉਹਨੂੰ ਉਠਾਇਆ ਦੱਸ ਤੇ ਬੀਬੀ ਨੇ ਕਿਹਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਸੋ ਗੁਰੂ ਪਿਆਰ ਵਾਲਿਓ, ਜਦੋਂ ਅਸੀਂ ਕਹਿੰਦੇ ਹਾਂ ਨਾ ਗੁਰਕਾ ਸ਼ਬਦ ਰਖਵਾਰੇ ਚੌਂਕੀ ਚੌ ਗਿਰਦ ਹਮਾਰੇ, ਰਾਮ ਨਾਮ ਮਨ ਲਾਗਾ ਜੰਗ ਲਜਾਏ ਕਰ ਭਾਗਾ। ਉਹ ਜਿਹੜੀ ਚੌਂਕੀ ਹੈ ਨਾ ਚੌ ਗਿਰਦ ਹਮਾਰੇ, ਉਹ ਸ਼ਹੀਦਾਂ ਸਿੰਘਾਂ ਦੀ ਹੁੰਦੀ ਹੈ। ਸੋ ਮੇਰੇ ਕੋਲ ਸਮਾਂ ਜਿਹੜਾ ਇੰਨਾ ਨਹੀਂ ਕਿ ਮੈਂ ਅੱਗੇ ਕੋਈ ਲੰਮਾ ਚੌੜਾ ਆਪਾਂ ਫਿਰ ਕਿਤੇ ਸਮਾਂ ਬਣਿਆ, ਤੇ ਮੇਰਾ ਜਿਹੜਾ ਟਾਈਮ ਹੈ ਬੋਲਣ ਦਾ ਵੈਸੇ ਡਾਕਟਰੀ ਦੇ ਉੱਤੇ ਉਹ 3-4 ਸ਼ਾਮ ਨੂੰ ਹਾਲ ਦੇ ਵਿੱਚ ਹੈ। ਜਿਹੜਾ ਵੀ ਮੇਰਾ ਗੁਰੂ ਪਿਆਰਾ ਵੀਰ ਕੋਈ ਚਾਹਵੇ ਤੇ ਉੱਥੇ ਬੈਠ ਕੇ ਸੁਣ ਸਕਦਾ ਹੈ ਕਿਵੇਂ ਅਸੀਂ ਹੀਲਿੰਗ ਕਰਨੀ ਹੈ ਆਪਣੇ ਆਪ ਦੀ, ਕਿਵੇਂ ਅਸੀਂ ਆਪਣੇ ਆਪ ਨੂੰ ਕਿਓਰ ਕਰਨਾ ਹੈ, ਤੇ ਜੇ ਕੋਈ ਗੱਲਾਂ ਬਾਤਾਂ ਹੋਰ ਵੀ ਸਾਡੇ ਨਾਲ ਮੈਡੀਕਲ ਲਾਈਨ ਦੀਆਂ ਕਰਨੀਆਂ ਹੋਣਗੀਆਂ ਤੇ ਉਹ 15 ਮਿੰਟ ਮਗਰੋਂ ਅਸੀਂ ਟਾਈਮ ਦੇਵਾਂਗੇ, ਉਹ ਵੀ ਡਿਸਕਸ ਹੋ ਸਕਦੀ ਹੈ। ਸੋ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ, ਤੇ ਧੰਨਵਾਦ ਆਪ ਸਾਰੀ ਸੰਗਤ ਦਾ ਜਿਹੜੇ ਬੜੇ ਪਿਆਰ ਨਾਲ ਸੁਣਿਆ, ਧੰਨਵਾਦ ਪ੍ਰਬੰਧਕ ਜਣਾ ਦਾ ਜਿਨ੍ਹਾਂ ਨੇ ਸਮਾਂ ਦਿੱਤਾ ਹੈ। ਸੋ ਆਓ ਹੁਣ ਅਗਲਾ ਪ੍ਰੋਗਰਾਮ ਜਿਹੜਾ ਹੈ ਪ੍ਰਬੰਧਕਾਂ ਤੋਂ ਸੁਣੀਏ। ਗੱਜ ਵੱਜ ਕੇ ਫਤਿਹ ਬੁਲਾਇਓ ਜੀ, ਨਾਮ ਜਪੋ, ਅੰਮ੍ਰਿਤ ਛਕੋ, ਬਾਣੀ ਪੜ੍ਹੋ, ਇਹ ਸਾਰਿਆਂ ਵਾਸਤੇ ਸਾਂਝਾ ਉਪਦੇਸ਼ ਹੈ ਗੁਰੂ ਸਾਹਿਬ ਦਾ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।